हलका सानेवाल विच पैंदे मेहरबान दे वालिया विहार विखे लोकां वल्लों पानी दी कमी होण करके अद्धी रात नूं पानी दे ट्यूबवैल ते रोस प्रदर्शन किया गया। आओ सुणदे हां पिंड वासियां ते पिंड दे सरपंच दा इस ते की कहना है। की कहना चाहुंदे हो जी कि जिहड़ी इत्थे पानी दी टैंकी दी सेवा तुसीं दिवाउंदे हो जी? ਤੇ ਸਰ ਜਿਹੜਾ ਮਹੱਲਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਪਾਣੀ ਦੀ ਸਮੱਸਿਆ 3-4 ਦਿਨ ਤੋਂ ਜ਼ਿਆਦਾ ਆ ਰਹੀ ਹੈ, ਜਿਹੜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹ ਜੀ 3-4 ਦਿਨ ਤੋਂ ਨਹੀਂ ਹੈ, ਕਾਫੀ ਦੇਰ ਤੋਂ ਆ। ਅੱਛਾ ਜੀ। 5-4 ਸਾਲ ਤੋਂ ਆ। ਅੱਛਾ ਜੀ। ਪਹਿਲਾਂ ਦੀ ਸਮੱਸਿਆ ਹੈ, ਗਰਮੀਆਂ ਦੇ ਵਿੱਚ ਹਰ ਸਾਲ ਇਹ ਸਮੱਸਿਆ ਆਉਂਦੀ ਆ। ਸਾਡੇ 3 ਪਿੰਡ ਆ, ਪ੍ਰੇਮ ਕਲੋਨੀ, ਹਰਕ੍ਰਿਸ਼ਨ ਵਿਹਾਰ ਅਤੇ ਬਾਲੀ ਵਿਹਾਰ। 3 ਪਿੰਡ ਆ, ਇੱਥੇ 2,500 ਘਰ ਹੋਏ ਆ। ਜਿਸ ਵੇਲੇ ਮੈਂ 10 ਸਾਲ ਤੋਂ ਕੰਮ ਕਰ ਰਿਹਾ ਇੱਥੇ ਸ਼ੁਰੂ ਤੋਂ ਟੈਂਕੀ ਦੇ, ਪਹਿਲਾਂ ਸਾਡਾ ਕਾਰਜ ਬਹੁਤ ਵਧੀਆ ਚੱਲ ਰਿਹਾ ਸੀਗਾ, ਥੋੜ੍ਹਾ ਏਰੀਆ ਸੀਗਾ, ਪਾਣੀ ਪੂਰਾ ਮਿਲ ਰਿਹਾ ਸੀਗਾ, ਅੱਜ ਸਾਡੇ ਕੋਲ 2,500 ਘਰ ਹੋਣ ਕਰਕੇ ਸਾਨੂੰ ਪਾਣੀ ਦੀ ਸਮੱਸਿਆ ਹਰ ਸਾਲ ਹੀ ਆਉਂਦੀ ਆ। ਹੁਣ 2-3 ਦਿਨ ਹਨੇਰੀ ਚੱਲਣ ਨਾਲ ਲਾਈਟ ਕੱਟੀ ਗਏ, ਲਾਈਟ ਕੱਟਣ ਦੇ ਨਾਲ ਪ੍ਰੋਬਲਮ ਆਈ ਆ। ਜੇ ਸਾਨੂੰ ਕੋਈ ਟੂਬਲ ਲੱਗ ਜਾਵੇ ਨਾ ਕਿਸੇ ਪਾਸੇ, ਅੱਬਲਾ ਦਾ 3 ਪਿੰਡ 3 ਟੂਬਲ ਚਾਹੀਦੇ ਆ। ਕਿੰਨਾ ਟਾਈਮ ਤੁਸੀਂ ਇਹਨੂੰ ਟੈਂਕੀ ਨੂੰ ਚਲਾਉਂਦੇ ਹੋ? ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੀ ਰਹਿੰਦੀ ਹੈ, ਲਗਾਤਾਰ ਚਲਾ ਰੱਖਦਾ ਮੈਂ। ਫਿਰ ਵੀ ਪਾਣੀ ਸਾਡਾ ਚੱਲਦੀ ਜੀ, ਸਾਨੂੰ ਪ੍ਰੋਪਰ ਪਾਣੀ ਆ ਜਿਹੜਾ ਉਹ ਤਰੀਕੇ ਨਾਲ ਨਹੀਂ ਮਿਲਦਾ। ਦੇਖੋ ਅਸੀਂ ਮਹੱਲਾ ਵਾਸੀ ਸਹੀ ਕਹਿੰਦੇ ਆ, ਮੈਂ ਗਲਤ ਨਹੀਂ ਕਹਿੰਦਾ, ਹੈ ਸਹੀ ਕਹਿੰਦੇ ਆ, ਗਲਤ ਨਹੀਂ। ਇਹਨਾਂ ਕੋਲ ਇਹਨਾਂ ਤੱਕ ਪਾਣੀ ਪਹੁੰਚਦਾ ਨਹੀਂ, ਇਹਨਾਂ ਦਾ ਜਿਸ ਵੇਲੇ ਇੱਥੋਂ ਚੱਲਦਾ ਪਾਣੀ 800-900 ਘਰ ਮੂਹਰੇ ਆ। 800-900 ਘਰ ਹੈਗਾ ਜੀ, 800-900 ਘਰ ਸਾਰਾ ਦਿਨ ਪਾਣੀ ਤੇ ਨਹੀਂ ਯੂਜ਼ ਕਰਦਾ? ਨਹੀਂ, 3 ਪਿੰਡੇ ਆ, ਦੋ ਦੋ ਘੰਟੇ ਕੱਟ ਕੱਟ ਦੇਣੇ ਪੈਂਦੇ ਆ। ਡਿਵਾਈਡ ਕਰਕੇ ਛੱਡਦੇ ਆ, ਸਵੇਰੇ ਵੀ ਛੱਡਦੇ ਆ, ਦੁਪਹਿਰ ਨੂੰ ਵੀ ਛੱਡਦੇ ਆ, ਸ਼ਾਮ ਨੂੰ ਵੀ ਛੱਡਦੇ ਆ। ਸਵੇਰ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਇਕੱਠੇ ਹੀ ਪਾਣੀ ਚੱਲਦਾ, ਇਕੱਠੇ ਚੱਲਦਾ ਇਹ, ਕਿਉਂ ਸਾਰਿਆਂ ਨੂੰ ਜ਼ਰੂਰਤ ਹੁੰਦੀ ਆ। ਉਹ ਤੋਂ ਬਾਅਦ ਟੈਂਕੀ ਭਰ ਕੇ 10 ਵਜੇ ਫਿਰ ਖੋਲ੍ਹ ਦੇਣਾ, ਪ੍ਰੇਮ ਕਲੋਨੀ ਸੀੜਾ ਰੋਡ। 2 ਘੰਟੇ ਇਹਨਾਂ ਨੂੰ। ਜਿਹੜੇ ਪਿੰਡ ਵਾਸੀ ਇਕੱਠੇ ਹੋਏ ਆ ਉਹਨਾਂ ਦਾ ਟਾਈਮ ਕਿਹੜਾ? ਉਹਨਾਂ ਦਾ ਟਾਈਮ ਆ ਤਕਰੀਬਨ 12:30। ਪਾਣੀ ਨਹੀਂ ਪੂਰਾ ਨਹੀਂ ਪਹੁੰਚ ਰਿਹਾ ਜੀ, ਪਹੁੰਚਦਾ ਨਹੀਂ। ਹਾਂ, ਗਰਮੀ ਕਰਕੇ ਬਹੁਤ ਵਾਰੀ ਮੰਗ ਕੀਤੀ ਆ ਜੀ, ਸਾਡੀਆਂ ਐਪਲੀਕੇਸ਼ਨਾਂ ਵੀ ਗਈਆਂ ਆ, ਦਫ਼ਤਰ ਦਿੱਤੀਆਂ ਅਸੀਂ, ਇਹ ਵਾਟਰ ਸਪਲਾਈ ਦੇ। ਹਾਂ, ਵਾਟਰ ਸਪਲਾਈ ਦਫ਼ਤਰ ਵੀ ਇੱਕ ਵਾਰੀ ਚਾਂਸ ਬਣਿਆ ਵੀ ਸੀਗਾ ਟੂਬਲ ਲੱਗਣ ਦਾ, ਅਤੇ 2016 'ਚ ਪਤਾ ਨਹੀਂ ਕਿਵੇਂ 17 ਦੇ ਵਿੱਚ ਉਸ ਟਾਈਮ ਜਗ੍ਹਾ ਵੀ ਸਭ ਕੁਝ ਦਿੱਤਾ, ਇਹਨਾਂ ਨੇ ਟੂਬਲ ਕੈਂਸਲ ਕਰਤਾ ਸਾਡਾ। ਮਾਡਲ ਕਲੋਨੀ ਜਿਹੜਾ ਟੂਬਲ ਲੱਗਾ ਉਹ ਲੱਗ ਗਿਆ, ਇੱਧਰ ਸਾਡੇ 'ਚ ਬਾਜੀਗਰ ਕਲੋਨੀ ਲੱਗ ਗਿਆ, ਅਤੇ ਸਾਡਾ ਟੂਬਲ ਉਹਨਾਂ ਕੈਂਸਲ ਕਰਤਾ। ਇਸ ਕਰਕੇ ਜੇ ਟੂਬਲ ਸਾਨੂੰ ਮਿਲ ਜਾਵੇ, ਅੱਬਲਾ 3 ਟੂਬਲ ਚਾਹੀਦੇ, ਸਮੱਸਿਆ ਹੱਲ ਨਹੀਂ ਹੋਣੀ। ਟੂਬਲ ਤੋਂ ਬਗੈਰ ਸਮੱਸਿਆ ਹੱਲ ਨਹੀਂ ਹੋ ਸਕਦੀ। ਡਾਵਰ ਕਲੋਨੀ ਦਾ ਏਰੀਆ ਵੀ ਦੂਰ ਪੈਂਦਾ ਹੈਗਾ ਇੱਕ ਤਾਂ, ਦੂਜੀ ਗੱਲ ਆ ਵੀ ਆਬਾਦੀ ਜ਼ਿਆਦਾ ਹੋ ਗਈ। ਸਵੇਰ ਨੂੰ 5 ਵਜੇ ਤੋਂ ਲੈ ਕੇ ਰਾਤ ਨੂੰ ਦੇਖ ਲਓ 8-9 ਵਜੇ ਤੱਕ, 10-11 ਵਜੇ ਤੱਕ ਡਿਊਟੀ ਕਰਨੀ ਮੇਰੇ ਵਾਸਤੇ ਮੁਸ਼ਕਲ ਹੈ ਵੈਸੇ ਤਕਰੀਬਨ, ਜਦਕਿ ਟੈਂਕੀ ਦੀ ਡਿਊਟੀ 2-2 ਘੰਟੇ ਹੁੰਦੀ, 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ, ਜਿਹੜੀ ਮਰਜ਼ੀ ਟੈਂਕੀ 'ਤੇ ਦੇਖ ਲਓ ਤੁਸੀਂ, ਆਪਾਂ ਨੂੰ ਲਗਾਤਾਰ ਡਿਊਟੀ ਕਰਨੀ। ਮੈਨੂੰ 10 ਸਾਲ ਹੋ ਗਏ, ਆਪਣੇ ਦਿਲ ਦੇ ਵਿੱਚ ਕੋਈ ਫਰਕ ਨਹੀਂ ਹੈ ਕਿਸੇ ਨਾਲ, ਨਿੱਕੀ ਗੱਲ ਜਾ। ਉਹਦੇ ਕਰਕੇ ਹੀ ਇਕੱਠੇ ਹੋਏ ਹਾਂ ਅਸੀਂ ਸਾਰੇ, ਮੈਨੂੰ ਇਹਨਾਂ ਦਾ ਸੁਨੇਹਾ ਆਇਆ, ਚਲੋ ਮੈਨੂੰ ਕਹਿੰਦੇ ਨਾਲ ਚੱਲੋ, ਮੈਂ ਨਾਲ ਆਇਆ। ਅਸੀਂ ਆਪਣੇ ਆਪਰੇਟਰ ਨੂੰ ਬੁਲਾ ਕੇ ਇਹ ਲਾਈਟ ਜਿਹੜਾ ਪਾਣੀ ਚਾਲੂ ਕਰਵਾਇਆ, ਮੇਰੇ ਖਿਆਲ 1 ਘੰਟਾ ਹੋ ਗਿਆ। ਮੈਂ ਕਿਹਾ ਚੱਲ 2 ਘੰਟੇ ਲਗਾਤਾਰ ਚਲਾਓ, ਸ਼ਾਇਦ ਹੁਣ ਰਾਤ ਨੂੰ ਪਹੁੰਚ ਜਾਵੇ, ਕਿਉਂਕਿ ਹੁਣ ਦਿਨੇ ਤਾਂ ਲੋਕਾਂ ਦੀ ਯੂਜ਼ਿੰਗ 'ਚ ਆਉਂਦਾ, ਹੁਣ ਲੋਕ ਸੌਂ ਗਏ ਆ, ਅਤੇ ਨੈਚੁਰਲੀ ਗੱਲ ਆ ਹੁਣ ਪਾਣੀ ਦਾ ਪਹੁੰਚ ਹੀ ਜਾਣਾ ਇਹਨਾਂ ਕੋਲ। ਮੈਂ ਕਿਹਾ ਘੰਟਾ ਹੋ ਗਿਆ ਜੀ, ਪਿਛਲੇ 2-3 ਦਿਨਾਂ ਦੇ ਵਿੱਚ ਪਾਣੀ ਦੀ ਸਮੱਸਿਆ ਆਈ ਆ ਕਿ ਮੋਟਰ ਚੱਲਦੀ ਹੈ ਜੀ, ਰੌਲਾ ਤੇ ਇਹਦਾ ਜੀ, ਲਾਈਟ ਦਾ ਜੀ, ਲਾਈਟ ਨਹੀਂ ਆਉਂਦੀ, ਲਾਈਟ ਕਰਕੇ ਜ਼ਿਆਦਾ ਪਰੇਸ਼ਾਨੀ ਹੈ। ਮੇਰਾ ਖਿਆਲ ਆ ਵੀ ਅਸੀਂ ਕਹਿ ਥੱਕ ਗਏ ਵੀ ਸਾਡੇ ਕੋਲ ਇੰਨੇ ਪਿੰਡ ਨਹੀਂ ਸਾਂਭੇ ਜਾਂਦੇ, ਹੁਣ 3 ਪਿੰਡ 1 ਟੈਂਕੀ ਕਿੱਥੋਂ ਸਾਂਭ ਲੂਗੀ ਜੀ? 1.5 ਲੱਖ ਲੀਟਰ ਦੀ ਉਹਦੀ ਕੰਪੈਸਿਟੀ ਹੈ, 1.5 ਲੱਖ ਦੇ ਵਿੱਚ ਉਹ ਕਹਿੰਦੇ ਵੀ 600 ਘਰ ਚਾਹੀਦਾ, ਜਦੋਂ ਕਿ ਮੇਰੇ ਕੋਲ 2400 ਘਰ ਚੱਲਦਾ, ਉਹਦੇ ਨਾਲੋਂ 4 ਗੁਣਾ ਵੱਧ। ਮੈਂ ਹੈਰਾਨ ਹੈ ਮਹਿਕਮੇ 'ਤੇ ਵੀ ਉਹ ਕੀ ਹੱਲ ਕਰਦੇ ਆ ਇਹਦਾ। ਅਸੀਂ ਕਹਿ ਥੱਕ ਗਏ ਵੀ ਇਹਨਾਂ ਪਿੰਡਾਂ ਨੂੰ ਅਲੱਗ ਤੋਂ ਟੈਂਕੀ ਪ੍ਰੋਵਾਈਡ ਕਰਵਾ ਦਿਉ, ਨਹੀਂ ਟੈਂਕੀ ਤਾਂ ਟਿਊਬਵੈੱਲ ਹੀ ਪ੍ਰੋਵਾਈਡ ਕਰਵਾ ਦਿਉ, ਚਲੋ ਇਹਨਾਂ ਦਾ ਪਾਣੀ ਦਾ ਹੱਲ ਨਿਕਲ ਜੇ।
ਸਾਡੇ ਰੋਜ਼ ਝਗੜੇ ਹੁੰਦੇ ਆ ਇਸ ਪਾਣੀ ਦੇ ਚੱਕਰ ਦੇ ਵਿੱਚ। ਸਰਕਾਰ ਕੋਲੋਂ ਮੰਗ ਨਹੀਂ ਕੀਤੀ ਕੋਈ ਸਰਪੰਚ ਨਹੀਂ, ਇਹ ਤਾਂ ਦੇਖੋ ਮੇਰੇ ਪਿੰਡ ਦੀ ਤਾਂ ਇਹ ਟੈਂਕੀ ਹੈਗੀ ਆ ਜੀ, ਮੈਂ ਤਾਂ ਹੁਣ ਉਹ ਸਰਪੰਚ ਨੇ ਉਹਨਾਂ ਨੂੰ ਵੀ ਕਹਿੰਦੇ ਆ ਵੀ ਜਾਓ ਆਪਣਾ ਹੱਲ ਕਰਵਾਓ, ਤੁਸੀਂ ਮੈਡਮ ਨੂੰ ਕਹੋ ਨਹੀਂ ਵਾਲੀ ਗੱਲ ਆ, ਤੁਸੀਂ 30 ਗੱਜ ਜਗ੍ਹਾ ਦੇ ਵਿੱਚ ਇੱਕ ਟਿਊਬਵੈੱਲ ਲੱਗ ਜਾਂਦਾ, ਤੁਸੀਂ ਟਿਊਬਵੈੱਲ ਹੀ ਲਵਾ ਲਓ ਆਪਣਾ, ਟਿਊਬਵੈੱਲ ਨਾਲ ਵੀ ਸਾਡੀ ਪਰੇਸ਼ਾਨੀ ਹੱਲ ਹੁੰਦੀ ਆ। ਕਿਉਂਕਿ ਜੀ ਮੈਂ ਇੱਕ ਬੇਨਤੀ ਕਰਦਾ ਜੀ, ਹੁਣ ਆਪਾਂ ਲੁਧਿਆਣੇ ਸ਼ਹਿਰ ਦੇ ਵਿੱਚ ਹੀ ਲੈ ਕੇ ਜਾਂਦੇ ਹਾਂ, 50 ਲੱਖ ਦੀ ਆਬਾਦੀ ਆ, ਮੇਰਾ ਖਿਆਲ ਟੈਂਕੀਆਂ 50 ਮਸਾਂ ਹੋਣੀਆਂ ਨੇ। ਗੱਲ ਕੀ ਆ, ਸਰਕਾਰ ਨੇ ਹਰ ਗਲੀ ਹਰ ਮੁਹੱਲੇ ਹਰ ਵਾਰਡ ਦੇ ਵਿੱਚ ਇੱਕ ਟਿਊਬਵੈੱਲ ਲਵਾ ਕੇ ਦਿੱਤਾ ਹੋਇਆ ਅਤੇ ਟਿਊਬਵੈੱਲਾਂ ਦਾ ਕੰਮ ਵਧੀਆ ਚੱਲਦਾ। ਵੀ ਮੈਂ ਜੇ ਆਪਾਂ ਕਹੀਏ ਵੀ ਟੈਂਕੀ ਤੋਂ ਹੀ ਸਾਰੀ ਦੁਨੀਆ ਨੂੰ ਪਾਣੀ ਮਿਲ ਜੇ, ਮੁਸ਼ਕਿਲ ਆ ਜੀ। ਮੈਂ ਤਾਂ ਹੈਰਾਨ ਹਾਂ ਵੀ ਜਦੋਂ ਇਹ ਟੈਂਕੀ ਲੱਗੀ ਆ ਉਦੋਂ ਘਰ ਹੀ 500-600 ਹੁੰਦਾ ਸੀਗਾ, ਉਸ ਹਿਸਾਬ ਨਾਲ ਉਹਨਾਂ ਨੇ 1.5 ਲੱਖ ਲੀਟਰ ਦੀ ਕੰਪੈਸਿਟੀ ਦੀ ਟੈਂਕੀ ਬਣਾ ਤੀ। ਪਰ ਅੱਜ ਦੀ ਡੇਟ ਦੇ ਵਿੱਚ ਹੁਣ ਆਬਾਦੀ ਮੇਰਾ ਖਿਆਲ ਇਹਨਾਂ 3 ਪਿੰਡਾਂ ਦੀ ਘੱਟੋ ਘੱਟ ਨਹੀਂ ਤਾਂ 35,000 ਆਬਾਦੀ ਆ। ਹੁਣ 30 ਤੋਂ 35,000 ਆਬਾਦੀ ਇੱਕ ਟੈਂਕੀ ਨਾਲ ਕਿੱਦਾਂ ਪਾਣੀ ਪ੍ਰੋਵਾਈਡ ਹੋਜੂ, ਉਹਨਾਂ ਨੂੰ ਕਿੱਦਾਂ ਮਿਲ ਜੂਗਾ ਉਹਨਾਂ ਨੂੰ ਪਾਣੀ? ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ, ਨਹੀਂ ਸਰਕਾਰ ਦੀ ਜਗ੍ਹਾ, ਵੈਸੇ ਤਾਂ ਚਲੋ ਸਾਰਿਆਂ ਨੂੰ ਪਤਾ ਹੀ ਆ ਵੀ ਸਰਕਾਰੀ ਜਗ੍ਹਾ 'ਤੇ ਕਿੰਨੇ ਕੁ ਲੋਕਾਂ ਨੇ ਕਬਜ਼ੇ ਕੀਤੇ ਹੋਏ ਆ। ਮੇਰੇ ਪਿੰਡ 'ਚ 2 ਜਗ੍ਹਾ, ਇੱਕ ਬੱਚਿਆਂ ਦਾ ਸ਼ਮਸ਼ਾਨ ਘਾਟ ਆ, 2 ਕਨਾਲਾਂ ਉਹ ਵਲੀਆਂ ਹੋਈਆਂ ਲੋਕਾਂ ਨੇ, ਆਪਣੇ ਮਕਾਨ ਬਣਾ ਕੇ ਬੈਠੇ ਆ, ਅਤੇ 3 ਕਨਾਲਾਂ ਦੇ ਕਰੀਬ ਸਾਡੇ ਇੱਥੇ ਗੁੱਜਰ ਬੈਠੇ ਆ ਪਿੱਛੇ, ਉਹ ਵਲੀ ਫਿਰਦੇ ਆ ਨਾ, ਉਹਨਾਂ ਤੋਂ ਖਾਲੀ ਕਰਵਾਇਆ ਗਿਆ ਸਰਕਾਰਾਂ ਤੋਂ, ਉਹਨਾਂ ਨੂੰ ਹੀ ਖਾਲੀ ਕਰਵਾ ਕੇ ਤੁਸੀਂ ਉੱਥੇ ਦੇ ਦਿਓ, ਜਦੋਂ ਕਿ ਕੇਸ ਜਿੱਤੇ ਹੋਏ ਨੇ ਪੰਚਾਇਤਾਂ ਨੇ, ਉਹਦੇ ਬਾਵਜੂਦ ਖਾਲੀ ਨਹੀਂ ਕਰਵਾਏ ਜਾ ਰਹੇ। ਲਾਈਟ ਠੱਪ ਹੋ ਗਈ ਉਹਦੇ ਕਰਕੇ ਅੱਜ 3-4 ਦਿਨ ਹੋ ਗਏ ਕਿ ਸਾਡੇ ਨਾ ਤਾਂ ਪ੍ਰੋਪਰ ਲਾਈਟ ਆ ਰਹੀ ਸੀ ਨਾ ਪਾਣੀ ਆ ਰਿਹਾ ਸੀ, ਔਰ ਰਾਤ ਨੂੰ ਅੱਜ ਜਦੋਂ ਸਾਡੇ ਪਾਣੀ ਤਕਰੀਬਨ ਸਾਰਾ ਹੀ ਖਤਮ ਹੋ ਗਿਆ ਹੋਣ ਕਰਕੇ, ਫਿਰ ਅੱਜ ਚੇਅਰਮੈਨ ਸਾਹਿਬ ਦੇ ਘਰ ਦਾ ਅਸੀਂ ਰੁੱਖ ਕੀਤਾ ਅਤੇ ਚੇਅਰਮੈਨ ਸਾਹਿਬ ਨੂੰ ਨਾਲ ਲਿਆ, ਔਰ ਟੈਂਕੀ ਦੀ ਜਿਹੜੀ ਲਾਈਟ ਆ, ਲਾਲੀ ਜੀ ਕਹਿੰਦੇ ਨੇ ਉਹਨਾਂ ਨੂੰ, ਪਿੰਡ ਮਿਹਰਬਾਨ ਦੇ ਸਰਪੰਚ ਵੀ ਨੇ ਅਤੇ ਲਾਲੀ ਜੀ ਨੇ ਉਹਨਾਂ ਦਾ ਨਾਮ, ਅਤੇ ਉਹਨਾਂ ਨੂੰ ਅੱਜ ਨਾਲ ਲਿਜਾ ਕੇ ਅਸੀਂ ਜਿਹੜਾ ਟੈਂਕੀ ਦਾ ਮੇਨ ਹੈਗਾ ਇਹਨਾਂ ਦਾ ਚਾਬੀ ਲੈ ਕੇ ਟੈਂਕੀ ਚਲਾ ਕੇ ਟੂਬਲ ਚਲਾ ਕੇ ਜਿਹੜਾ ਅਸੀਂ ਪਾਣੀ ਆਪਣੇ ਘਰ ਤੱਕ, ਹੁਣ ਜਿਹੜਾ ਅਸਲ ਮਾਇਨੇ ਦੇ ਵਿੱਚ ਸਾਡੇ ਘਰਾਂ 'ਚ ਪਾਣੀ ਪਹੁੰਚਿਆ ਅਤੇ ਚੇਅਰਮੈਨ ਸਾਹਿਬ ਸਾਡੇ ਨਾਲ ਨੇ ਇਸ ਟਾਈਮ। ਅਤੇ ਜਿਹੜੀ ਸਾਡੀ ਮੰਗ ਹੈਗੀ ਆ ਕਿ ਟੈਂਕੀ ਜਿਹੜੀ ਆ ਕਿ 3 ਤੋਂ 4 ਪਿੰਡਾਂ ਨੂੰ ਪਾਣੀ ਦਿੰਦੀ ਆ, ਜਿਹੜਾ ਸਾਨੂੰ ਟਿਊਬਵੈੱਲ ਆ ਉਹ ਪ੍ਰੋਵਾਈਡ ਕਰਵਾਇਆ ਜਾਵੇ। ਸਾਡੇ ਜਿਹੜੇ ਪਿੰਡ ਦੇ ਸਰਪੰਚ ਨੇ, ਉਹਨਾਂ ਦਾ ਨਾਮ ਹੈਗਾ ਰਿੰਕੂ ਜੀ, ਉਹਨਾਂ ਦੀ ਵਾਈਫ ਸਰਪੰਚ ਨੇ, ਵਾਲੀਆ ਬਿਹਾਰ ਦੇ ਸਰਪੰਚ ਨੇ ਉਹ, ਅਤੇ ਸਾਡੀ ਮੰਗ ਇਹੀ ਆ ਕਿ ਭਾਈ ਜਲਦੀ ਤੋਂ ਜਲਦੀ ਜਿਹੜਾ ਸਾਨੂੰ ਟਿਊਬਵੈੱਲ ਆ ਉਹ ਪ੍ਰੋਵਾਈਡ ਕਰਵਾਇਆ ਜਾਵੇ। ਟਿਊਬਵੈੱਲ ਦੀ ਮਨਜ਼ੂਰੀ ਉਹਨਾਂ ਨੇ ਲਈ ਵੀ ਹੋਈ ਆ, ਕੁਛ ਜਗ੍ਹਾ ਦੀ ਦਿੱਕਤ ਆਉਂਦੀ ਆ ਕਿ ਜਿਸ ਤਰੀਕੇ ਦੇ ਨਾਲ ਟਿਊਬਵੈੱਲ ਦੇ ਜਿਹੜੇ SMO ਨੇ ਜਾਂ SDO ਨੇ, ਉਹਨਾਂ ਨੂੰ ਇੱਕ ਬੇਨਤੀ ਆ ਕਿ ਸਾਨੂੰ ਜਿਹੜਾ ਟਿਊਬਵੈੱਲ ਆ ਸਾਡਾ ਅਲੱਗ ਤੋਂ ਲਵਾਇਆ ਜਾਵੇ। ਸਰਕਾਰੀ ਜਗ੍ਹਾ ਤਾਂ ਜ਼ਿਆਦਾਤਰ ਤੁਹਾਨੂੰ ਸਰਪੰਚ ਸਾਹਿਬ ਦੱਸ ਸਕਦੇ ਨੇ ਕਿ ਕਿੱਥੇ ਪਈ ਆ, ਕਿਉਂਕਿ ਜੇ ਮੈਂ ਰਿਕਾਰਡ ਕਢਵਾਉਂਦਾ ਤਾਂ ਫਿਰ ਮੈਂ ਤੁਹਾਨੂੰ ਦੱਸ ਸਕਦਾ ਕਿ ਹਾਂ ਵੀ ਕਿਹੜੀ ਜਗ੍ਹਾ ਕਿੱਥੇ ਪਈ ਆ। ਜੇ ਉਹ ਨਜਾਇਜ਼ ਕਬਜ਼ੇ ਹੋ ਸਕਦੇ ਨੇ ਤਾਂ ਕਿ ਟਿਊਬਵੈੱਲ ਨਹੀਂ ਲੱਗ ਸਕਦਾ, ਜੇ ਨਜਾਇਜ਼ ਕਬਜ਼ੇ ਲੋਕ ਕਰ ਸਕਦੇ ਨੇ ਉੱਥੇ ਤਾਂ ਟਿਊਬਵੈੱਲ ਲਈ ਜਗ੍ਹਾ ਵੀ ਲੱਗ ਸਕਦੀ ਆ। 20 ਤੋਂ 25 ਗੱਜ ਕਬਜ਼ੇ ਨਜਾਇਜ਼ ਹੁੰਦੇ ਨੇ, ਤੁਸੀਂ ਕੋਈ ਵੀ ਏਰੀਆ ਦੇਖ ਲਓ, ਉੱਥੇ ਦਾ ਰਿਕਾਰਡ ਕਢਵਾਉਂਗਾ। ਵਿਜੇ ਜੀ ਮੈਂ ਤੁਹਾਨੂੰ ਦੇ ਦੂੰਗਾ ਸਾਰੀ ਲਿਸਟ, ਕਿਹੜਾ ਕਿਹੜਾ ਪੰਚਾਇਤੀ ਪਲਾਟ ਪਿਆ ਆ ਜਾਂ ਕਿਹੜਾ ਕਿਹੜਾ ਨਜਾਇਜ਼ ਕਬਜ਼ਾ ਆ ਜਾਂ ਕਿਹੜੀ ਕਿਹੜੀ ਰੋਡ ਕਵਰ ਕਰਕੇ ਅਗਲਿਆਂ ਨੇ ਆਪਣਾ ਸਾਰਾ ਕੀਤਾ ਹੋਇਆ, 4 ਦੀਵਾਰੀ ਕੀਤੀ ਹੋਈ ਆ। ਅਤੇ ਸਾਨੂੰ 25 ਤੋਂ 30 ਗੱਜ ਜਗ੍ਹਾ ਚਾਹੀਦੀ ਆ। ਅੱਜ ਸਾਰੇ ਮੁਹੱਲੇ ਵਾਸੀ ਨਾਲ ਨੇ, ਇਹਨਾਂ ਦਾ ਕਹਿਣਾ ਕਿ ਆਪਾਂ ਗੁਰਦੁਆਰੇ ਦੇ ਵਿੱਚ ਬੋਰ ਕਰਵਾ ਲੈਂਦੇ ਹਾਂ, 20 ਤੋਂ 25 ਗੱਜ ਜਿਹੜੀ ਜਗ੍ਹਾ ਹੈਗੀ ਉਹ ਗੁਰਦੁਆਰੇ ਤੋਂ ਲੈ ਲੈਂਦੇ ਹਾਂ, ਔਰ ਗੁਰੂ ਘਰ ਸਾਰਿਆਂ ਦਾ ਸਾਂਝਾ ਆ, ਸਾਨੂੰ ਜਿਹੜਾ ਟਿਊਬਵੈੱਲ ਆ ਗੁਰਦੁਆਰੇ ਦੇ ਵਿੱਚ ਲਵਾਇਆ ਜਾਵੇ। ਬੇਸ਼ੱਕ ਸਾਨੂੰ ਥੋੜ੍ਹੀ ਬਹੁਤੀ ਜਿਹੜੀ ਹੈਗੀ ਆ ਰੋਡ ਦੀ, ਕਹਿ ਦਈਏ ਕਿ ਜੇ ਦਿੱਕਤ ਕੋਈ ਪਰੇਸ਼ਾਨੀ ਹੈਗੀ ਆ ਤਾਂ ਉਹਦਾ ਜਿਹੜਾ ਹੱਲ ਆ ਸਾਡਾ ਤੁਹਾਡੇ ਚੈਨਲਾਂ ਰਾਹੀਂ ਸਾਡੀ ਇਸ ਸਮੱਸਿਆ ਦਾ ਹੱਲ ਕਰਾਇਆ ਜਾਵੇ। ਅਸੀਂ ਬਹੁਤ ਬਹੁਤ ਧੰਨਵਾਦ ਹਾਂ ਤੁਹਾਡਾ। ਲੁਧਿਆਣਾ ਤੋਂ ਸਲਮਾਨ ਦੀ ਰਿਪੋਰਟ, ਸਿਟੀ ਹੋਮ ਨਿਊਜ਼।